ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਹਲਕਾ ਸ਼ਤਰਾਣਾ ਦੇ ਅਕਾਲੀ ਦਲ ਦੇ ਸੀਨੀਅਰ ਆਗੂ ਨਿਰਮਲ ਸਿੰਘ ਹਰਿਆਉਂ ਦੀ ਹੋਈ ਅਚਾਨਕ ਮੌਤ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਚਰਾ ਨੇ ਪਿੰਡ ਹਰਿਆਉਂ ਪਹੁੰਚ ਕੇ ਪਰਿਵਾਰ ਦੇ ਨਾਲ ਕੀਤਾ ਦੁੱਖ ਸਾਂਝਾ। ਉਹਨਾਂ ਨੇ ਕਿਹਾ ਕਿ ਜਥੇਦਾਰ ਨਿਰਮਲ ਸਿੰਘ ਹਰਿਆਉਂ ਦੀ ਪੰਥਕ ਨੂੰ ਬਹੁਤ ਵੱਡੀ ਦੇਣ ਸੀ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਿੱਚ ਉਹਨਾਂ ਦਾ ਵਟਮੂਲਾ ਯੋਗਦਾਨ ਸੀ, ਜਿਨ੍ਹਾਂ ਦੇ ਅਚਾਨਕ ਇਸ ਦੁਨੀਆ ਤੋਂ ਸਮੇਂ ਤੋਂ ਪਹਿਲਾਂ ਚਲੇ ਜਾਣਾ ਜਿੱਥੇ ਪੰਥ ਦੇ ਲਈ ਬਹੁਤ ਵੱਡਾ ਘਾਟਾ ਹੈ, ਉੱਥੇ ਹੀ ਇਲਾਕੇ ਅਤੇ ਪਾਰਟੀ ਦੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਜਿਨ੍ਹਾਂ ਦੀਆਂ ਕੀਤੀਆਂ ਸੇਵਾਵਾਂ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਸਾਡੇ ਜਥੇਦਾਰ ਨਿਰਮਲ ਸਿੰਘ ਜੀ ਹਰਿਆਓ, ਜਿਹੜੇ ਪਿਛਲੇ ਦਿਨੀ ਸਾਨੂੰ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਵਰਾਜੇ, ਕਿਉਂਕਿ ਹਾਲੇ ਉਮਰ ਸਮਾਜਿਕ ਤੌਰ 'ਤੇ ਦੇਖਿਆ ਜਾਵੇ ਤਾਂ ਬਹੁਤ ਥੋੜ੍ਹੀ ਸੀ, ਪਰ ਜਿਸਲੇ ਮੌਤ ਦਾ ਸੱਦਾ ਆ ਜਾਂਦਾ ਉਹਦੇ ਵਿੱਚ ਉਮਰਾਂ ਫਿਰ ਨਹੀਂ ਦੇਖੀਆਂ ਜਾਂਦੀਆਂ, ਅਤੇ ਉਹ ਸਾਡੇ ਕੋਲੋਂ ਵਿਦਾ ਹੋ ਗਏ। ਇਹ ਬੜਾ ਜਿਹਨੂੰ ਅਨਟਾਈਮਲੀ ਆਪਾਂ ਕਹਿ ਲਈ ਦਾ ਡੈਥ, ਕਿ ਬੰਦਾ ਪੂਰੀ ਉਮਰ ਭੋਗ ਕੇ ਜਾਵੇ, ਦੁੱਖ ਤਾਂ ਭਾਵੇਂ ਉਹਦਾ ਵੀ ਹੁੰਦਾ ਪਰ ਉਹਦਾ ਫਿਰ ਸਿਆਣੇ ਇਹ ਗੱਲ ਗਿਣ ਲੈਂਦੇ ਆ ਪਰਿਵਾਰ ਵੀ ਹੁਣ ਜਾਣ ਦਾ ਸਮਾਂ ਸੀ। ਅਤੇ ਜਿਸ ਵੇਲੇ ਬਿਜਲੀ ਦੇ ਬੱਲਬ ਵਾਂਗੂ ਇੱਕ ਬੰਦਾ ਇੱਥੋਂ ਤੰਦਰੁਸਤ ਹੋ ਕੇ ਜਾਵੇ, ਅਤੇ ਫਿਰ ਆਪਰੇਸ਼ਨ ਵੀ ਮਾਈਨਰ ਸੀਗਾ ਉਹਦਾ, ਉਹਦੇ ਵਿੱਚੋਂ ਤੁਰੰਤ ਸਾਡੇ ਵਿੱਚੋਂ ਵਿਛੜ ਜਾਣਾ, ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਉੱਥੇ ਪੰਥ ਨੂੰ ਵੀ ਬਹੁਤ ਵੱਡਾ ਘਾਟਾ। 11 ਤੋਂ ਲਗਾਤਾਰ ਮੈਂ ਦੇਖਦਾ ਕਿ ਜਿਹੜਾ ਪੰਥਕ ਜਜ਼ਬਾ ਉਹਨਾਂ ਦੇ ਵਿੱਚ ਕੁੱਟ ਕੁੱਟ ਕੇ ਭਰਿਆ ਸੀ, ਆ ਪਿਛਲਾ ਸਮਾਂ ਜਿਸਲੇ ਸਰਕਾਰਾਂ ਦਾ ਸੈਂਟਰ ਦੇ ਪੰਜਾਬ ਦੀ ਸਰਕਾਰ ਦਾ ਸਾਰਾ ਜ਼ੋਰ ਲੱਗਾ ਬਈ ਇਹ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਡਿਸਲੋਜ ਕਰਨ ਦਾ, ਅਤੇ ਮੈਂ ਸਮਝਦਾ ਸਰਦਾਰ ਨਿਰਮਲ ਸਿੰਘ ਹਰਿਆਓ ਕੰਧ ਬਣ ਕੇ ਨਾਲ ਖੜ੍ਹਾ ਰਿਹਾ। ਇਹੋ ਹੀ ਜਥੇਦਾਰੀ ਕਲਚਰ ਆ ਕਿ ਮਨੁੱਖ ਸਰਕਾਰਾਂ ਦੀ ਨਾਮ ਪਰਵਾਹ ਕਰਦਾ ਹੋਇਆ ਵੀ ਪੰਥ ਪ੍ਰਾਸਤੀ ਦਾ ਆਪਣਾ ਸਬੂਤ ਮਿਲਦਾ। ਸੋ ਉਸ ਪੰਥ ਪ੍ਰਾਸਤੀ ਵਿੱਚ ਬਹੁਤ ਵੱਡੀ ਉਹਦੀ ਪਰਪੱਕਤਾ ਸੀ, ਮਹਾਰਤ ਸੀ, ਫਿਰ ਬੜਾ ਸਹਿਜ ਸੀ ਔਰ ਬੜੇ ਢੰਗ ਦੇ ਨਾਲ। ਇੰਨਾ ਚਿਰ ਮੈਨੂੰ ਵੀ 2 ਸਾਲ ਪ੍ਰਧਾਨ ਬਣੇ ਨੂੰ ਹੋ ਗਿਆ, ਪਹਿਲਾਂ ਮੈਂ ਮੁੱਖ ਸਕੱਤਰ ਸੀ, ਅਤੇ ਬੜੇ ਸਹਿਜ ਦੇ ਨਾਲ ਆ ਕੇ ਗੱਲ ਕਰਨੀ, ਕਦੇ ਵੀ ਮੈਂ ਉਹਦੇ ਉਤੇਜਿਤਤਾ ਜਿਹੀ ਨਹੀਂ ਦਿੱਤੀ। ਕਈ ਵਾਰੀ ਅਸੀਂ ਅੜਾਂਬੇ ਵੀ ਬਹੁਤ ਦਿੰਦੇ ਸਿਆਸਤ ਦੇ, ਸਾਡੇ ਕਈ ਕੰਮ ਹੋ ਜਾਂਦੇ ਕਈ ਨਹੀਂ ਹੁੰਦੇ, ਪਰ ਮੈਂ ਸਮਝਦਾ ਪਰਿਵਾਰ ਨੂੰ ਵੀ ਇੱਕ ਮੁੱਠ ਨਾਲ ਰੱਖਿਆ ਸੀ। ਇਹ ਵੀ ਇੱਕ ਵੱਡੀ ਅੱਜ ਸਮਾਜ ਨੂੰ ਦੇਖਣ ਦੀ ਗੱਲ ਪਊਗੀ ਵੀ 4 ਭਰਾ ਸੀਗੇ ਅਤੇ ਉਹ 4 ਦੇ ਬਾਵਜੂਦ ਹੁਣ ਇਕੱਲੇ ਸਰਪ੍ਰਸਤੀ ਕਰਦੇ ਸੀ, ਸਾਰੇ ਪਰਿਵਾਰ ਨੂੰ ਇੱਕ ਲੜੀ ਦੇ ਵਿੱਚ ਪਰੋ ਕੇ ਰੱਖਿਆ ਸੀ। ਸੋ ਇਹੋ ਜਿਹੇ ਸੱਜਣ ਦਾ ਚਲਿਆ ਜਾਣਾ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ, ਇੱਧਰ ਇਲਾਕੇ ਨੂੰ ਬਹੁਤ ਵੱਡਾ ਘਾਟਾ, ਅਤੇ ਮੈਂ ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੰਗਾ ਰੂਹ ਨਾ ਗੁਰਮਤ ਪ੍ਰਣਾਏ ਉਸ ਤਰ੍ਹਾਂ ਵਿਚਰਨ ਵਾਲਾ ਸਾਡਾ ਸਾਥੀ ਸਾਥੋਂ ਰੁਖਸਤ ਹੋ ਗਿਆ। ਸੋ ਜਿੱਥੇ ਉਹਨਾਂ ਦੇ ਦੁੱਖ ਦਾ ਸਾਰਿਆਂ ਨੂੰ ਬਹੁਤ ਵੱਡਾ ਘਾਟਾ ਪਿਆ, ਅਕਾਲੀ ਦਲ ਨੂੰ ਵੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਬਹੁਤ ਵੱਡਾ ਘਾਟਾ। ਗੁਰੂ ਚਰਨਾਂ 'ਚ ਅਰਦਾਸ ਆ ਸਤਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਸਕੇ ਸਦਰੇ ਜਿੰਨੇ ਵੀ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਤੜਾ ਇਲਾਕੇ ਦੇ ਸਾਡੇ ਮਾਣਯੋਗ ਮੈਂਬਰ ਸਰ ਨਿਰਮਲ ਸਿੰਘ ਹਰਿਆਓ ਸਦੀਵੀ ਵਿਛੋੜਾ ਦੇ ਗਏ, ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ, ਹਮਦਰਦੀ ਦਾ ਇਜ਼ਹਾਰ ਕਰਨ ਲਈ ਅਸੀਂ ਆਏ ਸੀ। ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ, ਸਾਡੇ ਹੋਰ ਸਾਰੇ ਆਗੂ ਸਾਹਿਬਾਨ, ਵਰਕਰ ਸਾਹਿਬਾਨ, ਕਿਉਂਕਿ ਸਰ ਨਿਰਮਲ ਸਿੰਘ ਹਰਿਆਓ ਨੇ ਆਪਣੇ ਜੀਵਨ ਦੇ ਵਿੱਚ ਆਪਣੇ ਕਾਰੋਬਾਰ ਵੀ ਸੈੱਟ ਕੀਤੇ ਅਤੇ ਕਾਰੋਬਾਰ ਦੇ ਨਾਲ ਨਾਲ ਪਾਰਟੀ ਸਫਾ ਵਿੱਚ ਆਪਣਾ ਸਤਿਕਾਰ ਵੀ ਬਣਾਇਆ ਔਰ ਪਾਰਟੀ ਨੂੰ ਅਗਵਾਈ ਕਰਨ ਦੇ ਵਿੱਚ ਵੀ ਸਮਾਂ ਦਿੱਤਾ। ਸੋ ਅਸੀਂ ਉਹਨਾਂ 'ਤੇ ਮਾਣ ਕਰ ਸਕਦੇ ਹਾਂ ਉਹਨਾਂ ਦੀ ਸੇਵਾ 'ਤੇ, ਉਹਨਾਂ ਦੇ ਕੰਮ ਕਾਰ 'ਤੇ। ਉਹ ਅੱਜ ਸਾਡੇ 'ਚ ਨਹੀਂ ਰਹੇ, ਪਰ ਸਾਨੂੰ ਇਸ ਗੱਲ ਦਾ ਧਰਵਾਸ ਵੀ ਆ ਕਿ ਉਹਨਾਂ ਦੇ ਬੇਟੇ, ਉਹਨਾਂ ਦੇ ਭਤੀਜੇ ਉਸੇ ਸੋਚ 'ਤੇ ਚੱਲ ਕੇ ਉਸੇ ਤਰੀਕੇ ਨਾਲ ਪਾਰਟੀ ਦੀ ਸੇਵਾ ਵੀ ਕਰਦੇ ਨੇ, ਸਮਾਜ ਦੀ ਸੇਵਾ ਵੀ ਕਰਦੇ ਨੇ, ਆਪਣੇ ਕਾਰੋਬਾਰ ਵੀ ਕਰਦੇ ਨੇ।